ਕਿਸੇ ਜ਼ਮਾਨੇ ਵਿੱਚ ਪੰਜਾਬ ਨੂੰ ਕਈ ਬਾਰਾਂ ਵਿੱਚ ਵੰਡਿਆ ਜਾਂਦਾ ਸੀ। ਜਿਵੇਂ ਕਿਹਾ ਜਾਂਦਾ ਸੀ, ਬਾਰਾਂ ਦੁੱਧ ਦੀਆਂ ਤਾਰਾਂ, ਸਾਂਦਲ ਬਾਰ, ਗੰਜੀ ਬਾਰ, ਕਰਾਨਾ ਬਾਰ, ਨੀਲੀ ਬਾਰ, ਇਸੇ ਤਰ੍ਹਾਂ ਬਿਆਸ ਬਾਰ, ਖਜ਼ਾਨਾ ਬਾਰ, ਜੰਗਲ ਬਾਰ ਤੇ ਦੁੱਲੇ ਦੀ ਬਾਰ, ਰਾਵੀ ਬਾਰ ਵਗੈਰਾ। ਇਹ ਬਾਰਾਂ ਸੰਘਣੇ ਜੰਗਲ ਹੁੰਦੀਆਂ ਸਨ। ਹੜ੍ਹਾਂ, ਬਾਰਿਸ਼ਾਂ ਤੇ ਦਰਿਆਈ ਪਾਣੀਆਂ ਨਾਲ ਇੱਥੇ ਰੁੱਖ, ਪੌਦੇ ਤੇ ਫਸਲਾਂ ਉੱਗਦੀਆਂ ਸਨ ਤੇ ਇਹ ਬਾਰਾਂ ਪੰਜਾਬ ਦੇ ਜਿਹੜੇ ਦਰਿਆ ਸਨ ਉਹਨਾਂ ਦੇ ਆਲੇ ਦੁਆਲੇ ਵੱਜਦੀਆਂ ਸਨ। ਜੇਹਲਮ ਤੇ ਚਨਾਹ ਦੇ ਵਿਚਕਾਰ ਦੱਖਣੀ ਇਲਾਕਾ ਕਰਾਨਾ ਬਾਰ ਸੀ ਤੇ ਇਸੇ ਤਰ੍ਹਾਂ ਸਤਲੁਜ ਦੇ ਨਾਲ ਕਿਸੇ ਜ਼ਮਾਨੇ ਵਿੱਚ ਨੀਲ ਬੀਜਿਆ ਜਾਂਦਾ ਸੀ। ਨਾਲੇ ਕਿਹਾ ਜਾਂਦਾ ਸੀ ਕਿ ਸਤਲੁਜ ਦਾ ਪਾਣੀ ਕਿਸੇ ਦੌਰ ਵਿੱਚ ਨੀਲਾ ਵੀ ਸੀ। ਇਸ ਲਈ ਸਤਲੁਜ ਦੇ ਆਲੇ ਦੁਆਲੇ ਇਲਾਕੇ ਜਿਵੇਂ ਕਿ ਸਾਹੀਵਾਲ, ਪਾਕਪਤਨ, ਕਸੂਰ, ਇਹਨਾਂ ਨੂੰ ਨੀਲੀ ਬਾਰ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਸਰਗੋਧਾ ਤੇ ਗੁਜਰਾਤ ਵਿਚਕਾਰਲਾ ਇਲਾਕਾ ਖਜ਼ਾਨਾ ਬਾਰ ਸੀ। ਮੁਲਤਾਨ, ਸਾਹੀਵਾਲ ਤੇ ਮੀਆਂ ਵਾਲੀ ਵਾਲਾ ਇਲਾਕਾ ਗੰਜੀ ਬਾਰ ਕਹਿਲਾਉਂਦਾ ਸੀ। ਰਾਵੀ ਦੇ ਕੰਢੇ ਲੱਗਦੇ ਇਲਾਕਿਆਂ ਨੂੰ ਰਾਵੀ ਬਾਰ ਕਿਹਾ ਜਾਂਦਾ ਸੀ। ਰਾਵੀ ਦੇ ਬਾਰੇ ਵਿੱਚ ਇੱਕ ਅਖਾਣ ਵੀ ਮਸ਼ਹੂਰ ਸੀ ਕਿ ਜਾ ਧੀਏ ਰਾਵੀ, ਨਾ ਕੋਈ ਆਵੀ ਨਾ ਕੋਈ ਜਾਵੀ। ਤੇ ਇਸੇ ਤਰ੍ਹਾਂ ਦੁੱਲੇ ਦੀ ਬਾਰ ਦਾ ਮਰਕਜ਼ ਪਿੰਡੀ ਪੱਟੀਆਂ ਦਾ ਇਲਾਕਾ ਸੀ। ਇਹਨਾਂ ਬਾਰਾਂ ਵਿੱਚ ਵਸਣ ਵਾਲੇ, ਹੱਥਾਂ ਨਾਲ ਮਿਹਨਤ ਕਰਕੇ ਖਾਣ ਵਾਲੇ ਆਜ਼ਾਦ, ਇਨਕਲਾਬੀ ਤੇ ਬਹਾਦਰ ਲੋਕ ਸਨ। ਪੰਜਾਬ ਦੇ ਪਾਣੀਆਂ ਨੇ ਇਹਨਾਂ ਨੂੰ ਦੂਜਿਆਂ ਤੋਂ ਖੋਣ ਦਾ ਨਹੀਂ, ਸਗੋਂ ਹਮੇਸ਼ ਦੂਜਿਆਂ ਨੂੰ ਖਵਾਉਣ ਦਾ ਚੱਜ ਦੱਸਿਆ। ਪੰਜਾਬ ਦੇ ਪਾਣੀਆਂ ਨੇ ਇਹਨਾਂ ਲੋਕਾਂ ਅੰਦਰ ਉਹ ਹੌਸਲਾ ਤੇ ਜੁਰਤ ਪੈਦਾ ਕੀਤੀ ਕਿ ਕਿਸੇ ਜ਼ਮਾਨੇ ਵਿੱਚ ਪੰਜਾਬ ਲਈ ਕਈ ਬਾਰਾਂ ਵਿੱਚ ਵੰਡਿਆ ਜਾਂਦਾ ਸੀ। ਜਿਵੇਂ ਕਿਹਾ ਜਾਂਦਾ ਸੀ, ਬਾਰਾਂ ਦੁੱਧ ਦੀਆਂ ਤਾਰਾਂ, ਸਾਂਦਲ ਬਾਰ, ਗੰਜੀ ਬਾਰ, ਕਰਾਨਾ ਬਾਰ, ਨੀਲੀ ਬਾਰ, ਇਸੇ ਤਰ੍ਹਾਂ ਬਿਆਸ ਬਾਰ, ਖਜ਼ਾਨਾ ਬਾਰ, ਜੰਗਲ ਬਾਰ ਤੇ ਦੁੱਲੇ ਦੀ ਬਾਰ, ਰਾਵੀ ਬਾਰ ਵਗੈਰਾ। ਇਹ ਬਾਰਾਂ ਸੰਘਣੇ ਜੰਗਲ ਹੁੰਦੀਆਂ ਸਨ। ਹੜ੍ਹਾਂ, ਬਾਰਿਸ਼ਾਂ ਤੇ ਦਰਿਆਈ ਪਾਣੀਆਂ ਨਾਲ ਇੱਥੇ ਰੁੱਖ, ਪੌਦੇ ਤੇ ਫਸਲਾਂ ਉੱਗਦੀਆਂ ਸਨ ਤੇ ਇਹ ਬਾਰਾਂ ਪੰਜਾਬ ਦੇ ਜਿਹੜੇ ਦਰਿਆ ਸਨ ਉਹਨਾਂ ਦੇ ਆਲੇ ਦੁਆਲੇ ਵੱਜਦੀਆਂ ਸਨ। ਜੇਹਲਮ ਤੇ ਚਨਾਹ ਦੇ ਵਿਚਕਾਰ ਦੱਖਣੀ ਇਲਾਕਾ ਕਰਾਨਾ ਬਾਰ ਸੀ ਤੇ ਇਸੇ ਤਰ੍ਹਾਂ ਸਤਲੁਜ ਦੇ ਨਾਲ ਕਿਸੇ ਜ਼ਮਾਨੇ ਵਿੱਚ ਨੀਲ ਬੀਜਿਆ ਜਾਂਦਾ ਸੀ। ਨਾਲੇ ਕਿਹਾ ਜਾਂਦਾ ਸੀ ਕਿ ਸਤਲੁਜ ਦਾ ਪਾਣੀ ਕਿਸੇ ਦੌਰ ਵਿੱਚ ਨੀਲਾ ਵੀ ਸੀ। ਇਸ ਲਈ ਸਤਲੁਜ ਦੇ ਆਲੇ ਦੁਆਲੇ ਇਲਾਕੇ ਜਿਵੇਂ ਕਿ ਸਾਹੀਵਾਲ, ਪਾਕਪਤਨ, ਕਸੂਰ, ਇਹਨਾਂ ਨੂੰ ਨੀਲੀ ਬਾਰ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਸਰਗੋਧਾ ਤੇ ਗੁਜਰਾਤ ਵਿਚਕਾਰਲਾ ਇਲਾਕਾ ਖਜ਼ਾਨਾ ਬਾਰ ਸੀ। ਮੁਲਤਾਨ, ਸਾਹੀਵਾਲ ਤੇ ਮੀਆਂ ਵਾਲੀ ਵਾਲਾ ਇਲਾਕਾ ਗੰਜੀ ਬਾਰ ਕਹਿਲਾਉਂਦਾ ਸੀ। ਰਾਵੀ ਦੇ ਕੰਢੇ ਲੱਗਦੇ ਇਲਾਕਿਆਂ ਨੂੰ ਰਾਵੀ ਬਾਰ ਕਿਹਾ ਜਾਂਦਾ ਸੀ।